ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦੇ ਸਾਰੇ ਠੀਕ ਹੋਵੋਗੇ। ਅੱਜ ਅਸੀਂ ਚੱਲੇ ਹਾਂ ਗੁਰਦੁਆਰੇ, ਐਤਵਾਰ ਦਾ ਦਿਨ ਆ। ਸੋਚਿਆ ਸੀ ਪਹਿਲਾਂ ਕਿ ਮੀਂਹ ਬਹੁਤ ਜ਼ਿਆਦਾ ਪੈਂਦੇ ਆ ਅਤੇ ਅਲਰਟ ਕੀਤਾ ਹੋਇਆ ਵਾ, ਪਰ ਵੈਸੇ ਅੱਜ ਚਲੋ ਰੱਬ ਨੇ ਸੁਣ ਲਈ। ਬਾਹਰ ਮੌਸਮ ਵੀ ਸਾਫ਼ ਆ, ਮੱਠੀ ਮੱਠੀ ਧੁੱਪ ਚੜ੍ਹੀ ਹੋਈ ਆ, ਅਤੇ ਅਸੀਂ ਸਾਰੇ ਤਿਆਰ ਹਾਂ ਗੁਰਦੁਆਰੇ ਜਾਣ ਲਈ। ਠੀਕ ਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਅਸੀਂ, ਹੈ ਨਾ। ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਵਿਊ ਕਿ ਸਾਨੂੰ ਘੰਟਾ ਸਵਾ ਘੰਟਾ ਲੱਗ ਜਾਣਾ ਗੁਰਦੁਆਰੇ ਜਾਣ ਨੂੰ, ਦੂਰ ਹੈ ਸਾਡੇ ਤੋਂ। ਹਾਂਜੀ ਜੀ, ਆ ਲਓ ਜੀ, ਇੰਟਰ ਹੋਣ ਲੱਗੇ ਹਾਂ ਮੋਟਰਵੇ 'ਤੇ। ਇੱਥੇ ਜਿਹਨੂੰ ਆਟੋ ਸਤਰਾਦਾ ਕਹਿੰਦੇ ਆ, ਲਓ ਜੀ ਟਿਕਟ ਲੈ ਲਈ ਆ। ਹੁਣ ਉੱਥੇ ਜਾ ਕੇ ਪੇ ਕਰਾਂਗੇ ਜਦੋਂ ਬਾਹਰ ਨਿਕਲਣਾ। ਸਪੀਡ ਵੀ ਵੱਧ ਜਾਣੀ ਗੱਡੀ ਦੀ, ਜਿਹੜੀ ਸਪੀਡ ਵੱਧ ਤੋਂ ਵੱਧ ਕਦੀ ਦੀ ਹੁੰਦੀ ਆ, ਅਤੇ ਜੇ ਰਸਤੇ ਜ਼ਿਆਦਾ ਚੌੜੇ ਹੋਣ ਅਤੇ ਲਿਮਿਟ ਹੋਵੇ 150 ਤੱਕ ਵੀ ਹੋ ਸਕਦੀ ਆ, ਡਿਪੈਂਡ ਕਰਦਾ ਰਸਤੇ 'ਤੇ। ਅਨਕੋਨੇ ਵਾਲੇ ਸਾਈਡ 'ਤੇ ਜਾਣਾ ਅਸੀਂ ਗੁਰਦੁਆਰਾ, ਸਾਨੂੰ ਇੱਥੋਂ ਕੋਈ 60 ਕਿਲੋਮੀਟਰ ਹੋਊਗਾ, ਅੰਦਾਜ਼ਾ ਹੀ ਆ, ਪਤਾ ਨਹੀਂ ਹੈਗਾ ਪੂਰੀ ਤਰ੍ਹਾਂ ਸ਼ੋਰ। 40 ਕਿਲੋਮੀਟਰ ਅਸੀਂ ਘਰ ਤੋਂ ਤੁਰੇ ਆਏ ਹਾਂ ਇੱਥੇ ਤੱਕ। ਬਦਲਵਾਈ ਜੀ ਆ, ਹਜੇ ਵੀ ਉਹਦਾ ਗੈਰ ਗੈਰ ਜੀ ਬਹੁਤ ਆ। ਜਾਂਦੇ ਪਏ ਹਾਂ ਆਟੋਸਟਰਾਦੇ 'ਤੇ, ਸਨ ਪੈਂਦੇ ਤੋਂ ਆਸ ਕੋਲੀ ਪਿੱਛੇ ਨੂੰ ਇੱਥੋਂ ਉਸ਼ੀਤਾ ਆ ਬਾਹਰ ਨਿਕਲਣਾ, ਅਤੇ ਸਾਡਾ ਹਜੇ ਵੀ ਸਫ਼ਰ ਪਿਆ। ਹਜੇ ਜਿੱਦਾਂ ਇੱਦਾਂ ਇੱਦਾਂ ਉੱਪਰਲੀ ਸਾਈਡ ਨੂੰ ਜਾਈ ਜਾਂਦੇ ਹਾਂ, ਉੱਦਾਂ ਉੱਦਾਂ ਜਿਹੜਾ ਬੀਚ ਵੀ ਨਾਲ ਨਾਲ ਹੀ ਆ, ਅਤੇ ਸਾਰਾ ਨਾਲ ਨਾਲ ਸੜਕ 'ਤੇ ਬੀਚ ਵੀ ਚੱਲਦਾ ਪਿਆ। ਸ਼ਾਇਦ ਤੁਹਾਨੂੰ ਨਹੀਂ ਦਿਖਣਾ ਕਿਉਂਕਿ ਇੱਥੇ ਰੋਡ ਜਿੱਦਾਂ ਦਰਖਤ ਦਰੁਖਤ ਬਹੁਤ ਲੱਗੇ ਹੋਏ ਆ, ਵਿੱਚ ਵਿੱਚ ਵਿਊ ਬਹੁਤ ਸੋਹਣਾ ਆਉਂਦਾ। ਸੁਖ ਤੇਰਾ ਦਿੱਤਾ ਲਈਆ, ਸੁਖ ਤੇਰਾ ਦਿੱਤਾ ਲਈਆ, ਸੁਖ ਤੇਰਾ ਦਿੱਤਾ ਲਈਆ, ਸੁਖ ਤੇਰਾ। ਸਮੁੰਦਰ ਬਿਲਕੁਲ ਹੀ ਨੇੜੇ ਆ, ਬੜਾ ਨੀਵਾਂ ਹੋਣ ਕਰਕੇ ਇੱਥੋਂ ਰਸਤਾ ਅਤੇ ਅੱਗੇ ਦਰਖਤ ਆ ਜਾਂਦੇ ਕਰਕੇ ਦੀਦਾ ਨਹੀਂ ਹੈਗਾ। ਬਹੁਤ ਵਧੀਆ ਲਓ ਜੀ, ਹੁਣ ਨਿਕਲ ਲੱਗੇ ਹਾਂ ਬਾਹਰ ਰਸਤੇ ਤੋਂ। ਬਹੁਤ ਸਾਨੂੰ ਸਪੀਰੀਓ ਇੱਥੇ ਦਿੰਦੇ ਆ ਪੈਸੇ ਹੁਣ। ਚਲੋ ਜੀ ਆ ਗਏ ਹੁਣ ਬਾਹਰ ਗੁਰਦੁਆਰੇ ਦੇ ਲਾਗੇ, ਇੱਥੋਂ ਬਾਅਦ 'ਚ 2-3 ਮਿੰਟ ਹੀ ਲੱਗਣੇ ਆ ਗੁਰਦੁਆਰੇ ਜਾਣ ਨੂੰ। ਕਰੋ ਦਰਸ਼ਨ ਬਾਬੇ ਦੇ, ਗੁਰੂ ਨਾਨਕ ਮਿਸ਼ਨ ਗੁਰਦੁਆਰਾ ਮਾਰ ਕੇ ਹਾਂਜੀ ਪਹੁੰਚ ਗਏ ਗੁਰਦੁਆਰੇ, ਅਤੇ ਇੱਥੋਂ ਗੱਡੀ ਲਾਈ ਆ ਹੁਣ ਪਾਰਕ, ਚੱਲਦੇ ਆ ਅੰਦਰ। ਸੁਖ ਤੇਰਾ ਦਿੱਤਾ ਲਈਆ, ਸੁਖ ਤੇਰਾ ਦਿੱਤਾ।
ਜੀ ਹੁਣ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਜਾਂਦੇ ਪਏ ਹਾਂ ਅਸੀਂ ਹੁਣ ਕਰਿਆਨੇ ਦੁਕਾਨ 'ਤੇ ਕਿ ਇੱਥੋਂ ਕੋਈ ਥੋੜ੍ਹਾ ਇੰਡੀਅਨ ਸਮਾਨ ਸਮਾਨ ਲੈ ਲਈਏ ਥੋੜ੍ਹਾ ਬਹੁਤਾ, ਕਿਉਂਕਿ ਸਾਡੇ ਇਲਾਕੇ 'ਚ ਤਾਂ ਇੰਡੀਅਨ ਸੌਦਾ ਨਹੀਂ ਮਿਲਦਾ, ਅਤੇ ਫਿਰ ਦਿਖਾਉਂਦੇ ਹਾਂ ਉੱਥੇ ਵੀ ਜਾ ਕੇ ਦੁਕਾਨ 'ਤੇ ਆ ਗਏ ਇੰਡੀਅਨ 'ਤੇ ਆ ਉੱਤੇ ਆ ਹਾਂਜੀ ਜੀ ਗੁਰਦੁਆਰੇ ਮੱਥਾ ਟੇਕ ਕੇ ਲੰਗਰ ਛੱਕ ਕੇ ਅਤੇ ਇੰਡੀਅਨ ਦੁਕਾਨ ਤੋਂ ਸਮਾਨ ਲੈ ਕੇ ਹੁਣ ਚੱਲੇ ਹਾਂ ਘਰ ਦੀ ਵਾਪਸੀ, ਸਮਾਨ ਲੈ ਲਿਆ ਅਤੇ ਕੀ ਕਹਿੰਦਾ ਨਹੀਂ ਹੁਣ ਦੂਰ ਆ, ਫਿਰ ਗਾਂਹ ਗੇੜਾ ਫਿਰ ਛੇਤੀ ਮਾਰਾਂਗੇ ਗੁਰਦੁਆਰੇ ਦਾ ਵੀ, ਅਤੇ ਠੀਕ ਆ ਜੀ ਚੰਗਾ ਸਾਰਿਆਂ ਸਤਿ ਸ਼੍ਰੀ ਅਕਾਲ, ਆਪਣਾ ਅਤੇ ਆਪਣੇ ਨਾਲ ਦਿਆਂ ਦਾ ਖਿਆਲ ਰੱਖਿਓ, ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ, ਹੌਸਲਾ ਜਿਹਾ ਵੀ ਜ਼ਰੂਰ ਕਰਿਓ ਹੌਸਲਾ ਹੁੰਦਾ, ਚਲੋ ਚਾਓ ਕਰ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।